ਵੀਰ ਜੀ ਮੇਰੀ ਗੱਲ ਸੁਣੋ, ਇੱਕ ਮੈਂ ਬੜੀ ਔਖੀ ਔਰਤ ਹੈ, ਮੇਰੇ ਬੱਚੇ ਨੇ ਬੜਾ ਮੈਨੂੰ ਔਖਾ ਕੀਤਾ, ਮੇਰਾ ਬੱਚਾ ਨਸ਼ੇ ਪੱਤੇ ਵੇਚਦਾ, ਨਾਲੇ ਮੇਰੇ ਘਰੇ ਰੱਖਦਾ, ਨਾਲੇ ਮੈਨੂੰ ਕੁੱਟ ਕਟਈਆ ਕਰਦਾ, ਮੇਰੀ ਅੱਜ ਕੋਈ ਸੁਣਾਈ ਹੈ ਨਹੀਂ, ਅੱਜ ਮਲੋਟ ਦੇ ਪੱਤਰਕਾਰ ਵੀ ਮਤਲਬ ਪਿੱਛੇ ਹਟੇ ਪਏ ਆ, ਪੁਲਿਸ ਵੀ ਉਹਦੀ ਬੜੀ ਪਈ ਆ ਨਵੀਂ ਸਰਕਾਰ ਦੀ, ਮੇਰੀ ਪੁਲਿਸ ਵੀ ਨਹੀਂ ਮਦਦ ਕਰਦੀ, ਕੋਈ ਪੱਤਰਕਾਰ ਨਹੀਂ ਮਦਦ ਕਰਦਾ, ਮੈਂ ਬੜੀ ਦੁਖੀ ਆ। ਮੈਨੂੰ ਬੱਬੂ ਬਲਾਕ ਦਾ ਪ੍ਰਧਾਨ ਆ ਜਿਹੜਾ ਆ ਕੇ ਘਰੇ ਧਮਕੀਆਂ ਦਿੰਦਾ, ਮੋਬਾਈਲਾਂ ਦਾ ਕੰਮ ਕਰਦਾ ਸੀ, ਕਹਿੰਦਾ ਤੂੰ ਕੀ ਕਰ ਲੈਂਦੀ, ਅਸੀਂ ਤਾਂ ਇਹਦੀ ਮਦਦ ਕਰਾਂਗੇ। ਮੇਰੇ ਪਰਿਵਾਰ ਵਿੱਚ ਮੈਂ ਕਦੇ ਕਿਸੇ ਨੂੰ ਗਲੀ 'ਚ ਨਹੀਂ ਸੀ ਖੰਘਣ ਦਿੱਤਾ, ਮੈਂ ਕਾਂਗਰਸ ਪਾਰਟੀ ਨਾਲ ਵੀ ਕੰਮ ਕੀਤਾ, ਮੈਂ ਪਾਸਵਾਨ ਜੀ ਨਾਲ ਵੀ ਕੰਮ ਕੀਤਾ। ਅੱਜ ਮੇਰਾ ਜੇ ਕੋਈ ਭੈਣ ਭਰਾ ਹੋਏ ਮੇਰੇ ਨਾਲ ਆ ਕੇ ਖੜ ਸਕਦਾ, ਅੱਜ ਮੇਰਾ ਦੁੱਖ ਮਨਾ ਸਕਦਾ, ਅੱਜ ਮੇਰੀ ਨੂੰਹ ਵੀ ਮੇਰੇ ਦਾ ਹੱਤਿਆਕਾਰ ਕਰਦੀ ਆ, ਉਹ ਮੇਰੀ ਪੋਤੀ ਵੀ ਕਰਦੀ ਆ, ਉਹ ਮੈਂ ਵੱਡੇ ਪੈਸਾ ਆ ਗਈ, ਮੈਂ ਬਿਮਾਰ ਆ, ਅੱਜ ਮੇਰਾ ਕੋਈ ਵਾਲੂ ਚਾਲੂ ਨਹੀਂ ਬਣਦਾ, ਬੜੀ ਦੁੱਖ ਦੀ ਗੱਲ ਆ। ਪੁਲਿਸ ਵੀ ਸਾਰੀ ਉਸੇ ਦੀ ਆ, ਉਹ ਪੁਲਿਸ ਮੇਰੇ ਦਾ ਵੀਡੀਓ ਬਣਾਉਣ ਲੱਗ ਜਾਂਦੀ ਆ, ਉਹ ਕਿਸੇ ਮੌਕੇ ਉਹਨਾਂ ਦੀਆਂ ਵੀ ਬਣਾਵੇ, ਉਹ ਮੈਂ ਇਕੱਲੀ ਤਾਂ ਨਹੀਂ ਬੋਲੀ ਜਾਂਦੀ, ਉਹਨਾਂ ਦੀ ਆਵਾਜ਼ ਵੀ ਮੈਨੂੰ ਸੁਣਾਵੇ ਵੀ ਆ ਤੇਰੀ ਆਵਾਜ਼ ਆ ਉਹਨਾਂ ਦੀ ਆ। ਉਹ ਪੁਲਿਸ ਮੁਲਾਜ਼ਮ ਜਾਂਦੇ ਆ ਜਾ ਕੇ ਮੋੜੇ ਹੁੰਦੇ ਆ, ਉਹ ਨਸ਼ੇ ਵਕਾਉਂਦੇ ਆ, ਉਹ ਮੇਰੇ ਘਰੇ ਚ ਸਾਰਾ ਕੁਛ ਆ ਜਾ, ਤੇਰੇ ਘਰੇ ਸਿੱਟ ਕੇ ਅਸੀਂ ਤੇਰੇ ਨਾਂ ਲਾ ਦਿਆਂਗੇ, ਇਲਜ਼ਾਮ ਕਰ ਦਿਆਂਗੇ। ਓਏ ਇਹਨਾਂ ਨੇ ਇੱਕ ਭੁੰਦੜ ਦੇ ਬੰਦੇ, ਓਏ ਉਹ ਸ਼ਰਾਬ ਪਾ ਕੇ ਉਹਨਾਂ ਤੇ ਪਤਾ ਨਹੀਂ ਕਿਵੇਂ ਉਹਨਾਂ ਦੇ ਘਰੇ ਨਸ਼ੇ ਰੱਖੇ, ਉਹ ਮੈਂ ਤੁਹਾਨੂੰ ਸਬੂਤ ਦਿੰਦੀ ਹਾਂ, ਮੇਰੇ ਕੋਲੇ ਆ ਕੇ ਪੁਲਿਸ ਵਾਲਿਓ ਸੁਣੋ ਵੀ ਕਿਹੜਾ ਬੰਦਾ ਦਵਿੰਦਰ ਸਿੰਘ ਨੇ ਫੜਾਇਆ, ਉਹ ਕਿਹੜਾ ਬੱਬੂ ਨੇ ਫੜਾਇਆ, ਉਹ ਬੱਬੂ ਪ੍ਰਧਾਨ ਨੇ ਫੜਾਇਆ ਬੰਦੇ, ਓਏ ਹਰੇਕ ਦੇ ਘਰੇ ਨਸ਼ਾ ਸਟਾਉਣ ਦਾ ਤਾਂ ਲੋਕਾਂ ਨੂੰ ਫੜਾਉਣ ਤੇ ਹੋ ਗਿਆ। ਉਹ ਮੈਂ ਬਿਮਾਰ ਹਾਂ, ਉਹ ਮੈਂ ਹਸਪਤਾਲ ਚੋਂ ਆਈ ਹਾਂ, ਉਹ ਸਰਕਾਰੀ ਜਾ ਕੇ ਵੇਖ ਲਓ ਮੇਰੀ ਪਰਚੀ, ਓਏ ਆ ਚੰਡੀਗੜ੍ਹ ਦਾ ਐਡਰੈਸ ਵੇਖ ਲਓ, ਉਹ ਮੈਂ ਜਿਹੜੀ ਚੰਡੀਗੜ੍ਹੋਂ ਵੀ ਦਵਾਈ ਚੱਲਦੀ ਆ, ਅੱਜ ਮੇਰੇ ਨਾਲ ਬਹੁਤ ਹੱਤਿਆਕਾਰ ਹੋਈ ਜਾਂਦੀ ਆ, ਜੇ ਗੈਰੀ ਤਿੱਕਰ ਵੀ ਮੇਰੀ ਕੋਈ ਸੂਚਨਾ ਜਾਂਦੀ ਆ, ਗੈਰੀ ਵੀ ਮੇਰੀ ਮਦਦ ਕਰੇ, ਬਠਿੰਡੇ ਵਾਲਾ ਕਿਰਨਜੀਤ ਗੈਰੀ ਆਵੇ, ਓਏ ਮੈਂ ਬਹੁਤ ਦੁਖੀ ਹਾਂ, ਮੇਰੇ ਬੱਚੇ ਮੈਨੂੰ ਬਹੁਤ ਦੁਖੀ ਕਰੀ ਜਾਂਦੇ ਆ, ਓਏ ਖਾਸ ਕਰਕੇ ਦਵਿੰਦਰ ਨੇ, ਉਹ ਮੈਂ 20 ਵਾਰੀ ਨਸ਼ਾ ਤਾਂ ਛਡਾਇਆ, ਜੇ ਦਵਿੰਦਰ ਕਵੇ ਜਾਂ ਪੁਲਿਸ ਵਾਲੇ ਕਹਿਣ ਮੈਂ ਪਿਛਲੇ ਸਬੂਤ ਦਵਿੰਦਰ ਦੇ ਜਿਹੜੇ ਨਸ਼ੇ ਵੇਚਦਾ ਸੀ ਜਾਂ ਖਾਂਦਾ ਸੀ, ਉਹ ਮੈਂ ਉਹ ਵੀ ਫੜਾ ਸਕਦੀ ਹਾਂ, ਉਹ ਮੈਨੂੰ ਥਾਣੇਦਾਰਾਂ ਦੀ ਪੜਤਾਲ ਕਰ ਲੈਂਦੇ, ਕਿਹੜੇ ਮੇਰੇ ਘਰੇ ਫੜਨ ਗਏ ਸੀ, ਉਹ ਮੈਂ ਤੁਹਾਨੂੰ ਸਾਰੇ ਸਬੂਤ ਦੇ ਦੂੰ, ਮੇਰਾ ਖੜਾ ਛਡਾ ਦਿਓ ਦਵਿੰਦਰ ਨਾਲੋਂ, ਉਹ ਮੇਰੀ ਜਾਇਦਾਦ ਤੇ ਮਰਦੇ ਆ, ਉਹ ਕਹਿੰਦੇ ਦੀ ਜਾਇਦਾਦ ਧੱਕੇ ਨਾਲ ਖੋਣੀ ਆ, ਉਹ ਕਿਹੜੀ ਸਰਕਾਰ ਹੈ ਜਿਹੜੀ ਮਾਂ, ਉਹ ਕੋਈ ਸਮਾਂ ਸੀ ਜਿਸ ਸਮੇਂ ਦੇ ਵਿੱਚ ਮੈਂ ਪਾਰਟੀਆਂ 'ਚ ਕੰਮ ਕਰਦੀ ਸੀ, ਓਏ ਕਾਰਾਂ ਜੀਪਾਂ ਮੇਰੇ ਥੱਲੇ ਸੀ, ਓਏ ਅੱਜ ਮੇਰੀ ਮਦਦ ਲਈ ਕੋਈ ਆ ਨਹੀਂ ਰਿਹਾ, ਉਹ ਕੀ ਕਰਨਾ ਸਰਕਾਰਾਂ ਮਗਰ ਲੱਗ ਕੇ, ਇਹ ਸਰਕਾਰਾਂ ਤਾਂ ਗੁੰਡਾ ਦੀ ਮਦਦ ਕਰਦੀਆਂ, ਉਹ ਗੁੰਡਾ ਦੀ ਮਦਦ ਕਰਦੀਆਂ, ਗੁੰਡਾ ਤਿਆਰ ਕਰਦੀਆਂ, ਓਏ ਮੇਰੀ ਗੱਲ ਸੁਣੋ, ਭਗਵੰਤ ਮਾਨ ਨੇ ਵੀ ਆਖਿਆ ਸੀ ਵੀ ਨਸ਼ੇ ਛਡਾਵਾਂਗੇ, ਉਹ ਸਾਹਮਣੇ ਗੱਲ ਪੁਲਿਸ ਦੇ ਪਰਸੋਂ ਆਖੀ ਜਾ ਵੀ ਮੈਂ ਤਾਂ ਖਾਊਂਗਾ, ਮੈਂ ਉਹਦੀ ਮਾਂ ਤੋਂ ਹੱਕ ਲਊਂਗਾ। ਉਹ ਕਿਹੜਾ ਬੰਦਾ ਕਿਹੜਾ ਬੱਚਾ ਜਦੋਂ ਵਿਆਹ ਜਾਵੇ 18 ਸਾਲ ਦਾ ਹੋ ਜਾਵੇ, ਵਿਆਹ ਬਰਾ ਆਪਣੀ ਮਾਂ ਤੋਂ ਹੱਕ ਲੈ ਸਕਦਾ ਜਾਂ ਪਿਓ ਤੋਂ ਹੱਕ ਲੈ ਸਕਦਾ, ਉਹ ਕਿੱਥੇ ਵਿਆਹਿਆ, ਉਹ ਕਿੱਥੇ ਲਿਖਿਆ, ਉਹ ਤੁਸੀਂ ਜਿਹੜੀਆਂ ਕੁਵਾਰੀਆਂ ਕੁੜੀਆਂ ਦੇ ਮੁੰਡੇ ਭਾਜਦੇ ਆ ਉਹਨਾਂ ਨੂੰ ਤਾਂ ਤੁਸੀਂ ਨਾਲ ਗਨਮੈਨ ਦਿੰਦੇ ਆ, ਉਹ ਮੈਨੂੰ ਕਿਹੜਾ ਗਨਮੈਨ ਦਿੱਤੇ ਆ, ਉਹ ਮੈਂ ਸਿਟੀ ਥਾਣੇ ਅੱਗੇ, ਉਹ ਮੈਂ ਤਾਂ ਮਲੋਟ ਦੇ DC ਦਫ਼ਤਰ ਦੇ ਮੂਹਰੇ ਤੇਲ ਪਾ ਕੇ ਸੜ ਜੂ, ਜੇ ਮੇਰੀ ਸੁਣਾਈ ਨਾ ਹੋਈ ਤਾਂ, ਉਹ ਮੈਂ ਬਹੁਤ ਦੁਖੀ ਹਾਂ, ਉਹ ਮੈਂ ਬਹੁਤ ਦੁਖੀ ਹਾਂ, ਮੇਰੀ ਮਾਂ ਫੜ ਲਓ ਆ ਕੇ, ਅਜੇ ਕੋਈ ਹੈ ਤੇ ਧਰਮ ਦਾ ਬੰਦਾ ਜਾਂ ਕੋਈ ਇਨਸਾਫ ਦਾ ਜਾਂ ਕੋਈ ਭਗਤ ਸਿੰਘ ਸੂਰਮੇ ਵਾਂਗੂ ਹੈ ਤਾਂ ਅੱਜ ਮੇਰੇ ਨਾਲ ਖੜੋ, ਉਹ ਮੈਨੂੰ ਵੀ ਪਤਾ ਲੱਗੇ ਵੀ ਮੇਰੇ ਕੋਈ ਨਾਲ ਖੜਾ, ਮੇਰਾ ਪਤਾ ਕਰਿਆ ਜਾਵੇ, ਮੈਂ 20 ਸਾਲ ਪਾਸਵਾਨ ਜੀ ਦੀ ਪਾਰਟੀ 'ਚ ਕੰਮ ਕੀਤਾ, ਓਏ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਜਾ ਕੇ ਬਲਵੀਰ KP ਨਾਲ ਰਲ ਕੇ ਕਾਂਗਰਸ ਨਾਲ ਕੰਮ ਕੀਤਾ, ਉਹ ਮੇਰੀ ਕਦਰ ਕੀ ਪਾਈ ਆ, ਉਹ ਮੈਂ ਪਿੱਟ ਪਿੱਟ ਮਰ ਜਾ ਇੱਥੇ ਹੀ, ਉਹ ਜੇ ਮੇਰੀ ਕੋਈ ਨਹੀਂ ਸੁਣਾਈ ਕਰਦਾ ਤਾਂ ਉਹ ਮੇਰੀ ਮਦਦ ਕਰੋ, ਉਹ ਭਾਈ ਮੁਕਤਸਰ ਵਾਲਿਓ ਪੱਤਰਕਾਰ ਆ ਜਾਂ ਤੁਹਾਡੇ ਕੋਲੇ ਵੀਡੀਓ ਹੁੰਦੀ ਤੁਸੀਂ ਵੀ ਆਓ, ਉਹ ਬਠਿੰਡੇ ਵਾਲੇ ਵੀ ਆਓ, ਉਹ ਜਿਹੜੇ ਨੇੜੇ ਨੇੜੇ ਕਿਸੇ ਕੋਲੇ ਫੋਟੋ ਜਾਊਗੀ ਮੇਰੀ ਪੱਤਰਕਾਰੀ ਮਦਦ ਕਰ ਦੇਣ, ਮੈਂ ਤੁਹਾਡੀ ਮਦਦ ਲਈ ਤਿਆਰ ਹਾਂ। ਓਏ ਅੱਜ ਇੱਕ ਮਲੋਟ ਦੇ ਵਿੱਚੋਂ ਉਹ ਹਰੀ ਨਾਂ ਦਾ ਮੁੰਡਾ ਜਿਹੜਾ ਮੇਰਾ ਦੁੱਖ ਸੁਣਦਾ, ਉਹ ਮੇਰਾ ਕਿਸੇ ਨੇ ਦੁੱਖ ਨਹੀਂ ਸੁਣਿਆ, ਉਹ ਮੈਂ ਬਹੁਤ ਦੁਖੀ ਹਾਂ, ਉਹ ਮੈਨੂੰ ਅਟੈਕ ਵੀ ਹੋ ਸਕਦਾ ਜੇ ਮੈਂ ਮਰ ਗਈ ਦਵਿੰਦਰ ਦੇ ਕਾਰਨ,
ਝਾੜੂ ਵਾਲਿਆਂ ਦੇ ਕਾਰਨ ਨਾਲ ਉਹਨਾਂ ਨੂੰ ਮਦਦ ਕਰਦੇ ਆ। ਉਹ ਇੱਕ ਬਲਦੇਵ ਮਾਸਟਰ ਮੇਰੀ ਗਲੀ ਦੇ ਵਿੱਚ, ਉਹ ਦੋਨੇ ਜੀ ਮੁਲਾਜ਼ਮ, ਉਹ ਮੇਰੇ ਪੁੱਤ ਨੂੰ ਚੱਕਾ ਦਿੰਦੇ ਆ ਵੀ ਤੇਰਾ ਕੀ ਕਰ ਲੂਗੀ ਤੂੰ, ਇਹਦਾ ਹਿੱਸਾ ਮੁੰਡਾ। ਉਹ ਕੌਣ ਹੁੰਦਾ ਹਿੱਸਾ ਬਣਾਉਣ ਵਾਲੇ, ਮੈਂ ਨਹੀਂ ਦਿੰਦੀ। ਉਹ ਮੈਂ ਬਲਦੇਵ ਦੀ ਕਾਰ ਨੂੰ ਮਰੂੰਗੀ, ਪਰ ਜੇ ਮੈਂ ਮਰ ਗਈ ਜਿਹੜਾ ਮੇਰੀ ਜਗ੍ਹਾ 5 ਜਣਾਂ ਦਾ ਹਿੱਸਾ, ਉਹ ਕਿਸੇ ਧਰਮ ਨੂੰ ਵੰਡੀ ਜਾਵੇ, ਮੇਰੇ ਬੱਚਿਆਂ ਨੂੰ ਨਾ ਦਿੱਤੀ ਜਾਵੇ। ਮੈਂ ਸੁਣਾਈ ਕਰਦੀ ਆ, ਇਹ ਚੀਜ਼ ਦੀ ਜ਼ਰੂਰਤ ਹੈ, ਜ਼ਰੂਰ ਮੇਰੀ ਸੁਣਾਈ ਹੋਣੀ ਚਾਹੀਦੀ ਆ। ਇੰਨੀ ਬੇਨਤੀ ਕਰਦੀ ਮੈਂ ਤੁਹਾਡੇ ਮੂਹਰੇ, ਮੇਰੇ ਭਰਾਵਾਂ ਦੇ ਹੱਥ ਬੰਨ ਕੇ ਬੇਨਤੀ ਆ, ਮੇਰੀਆਂ ਭੈਣਾਂ ਦੇ ਵੀ, ਉਹ ਅੱਜ ਮੇਰੇ ਨਾ ਹੋਈ ਤੇ ਸਵੇਰੇ ਤੁਹਾਡੇ ਨਾ ਹੋਊਗੀ। ਇਹ ਵੇਲਾ ਸਭ ਤੇ ਖੜਾ ਵੀਰ ਮੇਰਿਓ, ਸਭ ਤੇ ਮੇਰੀਆਂ ਭੈਣਾਂ ਤੇ ਵੀ ਖੜਾ, ਮੇਰੇ ਭਰਾਵਾਂ ਤੇ ਵੀ ਖੜਾ। ਅੱਜ ਮੈਂ ਬਜ਼ੁਰਗ ਔਰਤ ਕੱਖਾਂ ਦਾ ਹੌਲੀ ਹੋਈ ਖੜੀਆਂ, ਅਗਰ ਜਦ ਮੇਰੀ ਆਵਾਜ਼ ਜਿੱਥੋਂ ਤੱਕ ਪਹੁੰਚਦੀ ਆ, ਮੇਰੀ ਫੋਟੋ ਪਹੁੰਚਦੀ ਆ, ਮੈਨੂੰ ਜ਼ਰੂਰ ਇਹਦਾ ਇਨਸਾਫ ਮਿਲਣਾ ਚਾਹੀਦਾ। ਛੇਤੀ ਤਾਂ ਛੇਤੀ ਮੇਰੀਆਂ ਚਿੱਠੀਆਂ ਵੀ ਉੱਤੇ DSP ਤੱਕ, ਮਨੁੱਖੀ ਅਧਿਕਾਰ ਤੱਕ ਵੀ ਗਈਆਂ, ਮੈਨੂੰ ਉਹਦਾ ਜਵਾਬ ਮਿਲਣਾ ਚਾਹੀਦਾ ਵੀ ਕਿਹੜੇ ਕਿਤਾਬ ਦੇ ਵਿੱਚ ਲਿਖਿਆ ਵੀ ਮਾਂ ਪਿਓ ਵੀ ਸੇਵਾ ਨਾ ਕਰਗੇ ਤੇ ਉਹਨਾਂ ਤੋਂ ਹੱਕ ਮੰਗਗੇ। ਉਹ ਮੈਂ ਕੋਈ ਹੱਕ ਨਹੀਂ ਦੇਣਾ, ਮੈਂ ਮਰ ਜਾਣਾ ਮਨਜ਼ੂਰ ਆ। ਉਹ ਕਿਉਂ ਝਾੜੂ ਵਾਲੇ ਆ ਕੇ ਉਹਦੀ ਮਦਦ ਕਰਦੇ ਆ? ਅਰਜੀ ਸੁਣੀ ਜਾਵੇ MLA ਬਲਜੀਤ ਕੌਰ ਨੂੰ ਬੇਨਤੀ ਕਰਦੀ ਆ ਵੀ ਹਮੇਸ਼ਾ ਵਾਸਤੇ ਔਰਤ ਔਰਤ ਦੀ ਗੱਲ ਸੁਣਦੀ ਹੁੰਦੀ ਆ, ਉਹ ਨਸ਼ਈ ਬੰਦਿਆਂ ਦੀ ਭੈਣ ਜੀ ਬੀਬਾ ਜੀ ਨਹੀਂ ਗੱਲ ਸੁਣੀ ਦੀ ਹੁੰਦੀ। ਉਹ ਪਹਿਲਾਂ ਮਾਵਾਂ ਦੀ ਵੀ ਆ ਕੇ ਸੁਣੋ ਵੀ ਮਾਵਾਂ ਨੇ ਕਿੱਡਾ ਔਖਾ ਆਪਾਂ ਢਿੱਡ 'ਚ ਰੱਖੇ ਆ 9 ਮਹੀਨੇ ਇਹਨਾਂ ਨੂੰ, ਉਸ ਤੋਂ ਬਾਅਦ ਪਾਲੇ ਆ, ਫਿਰ ਇਹਨਾਂ ਨੂੰ ਵਿਆਹਿਆ, ਫਿਰ ਇਹਨਾਂ ਨੂੰ ਆਪਾਂ ਮਤਲਬ ਸਭ ਕੁਛ ਸਾਰੇ ਕਾਸੇ ਦਾ ਅਧਿਕਾਰ ਦਿੱਤਾ। ਉਹ ਤੁਸੀਂ ਆਏ ਤਾਂ ਇਹਨਾਂ ਨੂੰ ਅਧਿਕਾਰ ਦੇ ਤਾ, ਅੱਜ ਜਿੱਤ ਗਏ। ਉਹ ਅੱਜ ਤੁਸੀਂ ਤੁਹਾਡੀ ਮਤਲਬ ਬਣ ਗਈ ਸਰਕਾਰ, ਤੁਸੀਂ ਆਹ ਅਧਿਕਾਰ ਦਿੱਤਾ ਵੀ ਮਾਵਾਂ ਨੂੰ ਕੁੱਟ ਕੇ ਤੇ ਜਾਇਦਾਦ ਖੋਲੋ। ਉਹ ਤੁਹਾਡਾ ਨਾਂ ਬਦਨਾਮ ਹੁੰਦਾ, ਕਹਿੰਦੇ ਬਲਜੀਤ ਕੌਰ ਕਹਿ ਕੇ ਗਈ ਆ। ਉਹ ਤੜਕੇ ਤੁਹਾਡੇ PA ਨਾਲ ਵੀ ਮੇਰੀ ਗੱਲ ਹੋਈ ਸੀ, ਉਹ PA ਸਾਹਿਬ ਨੂੰ ਮੈਂ ਆਖਿਆ ਬੇਟਾ ਮੇਰੀ ਗੱਲ ਕਰਾ ਦੇ, ਮੈਂ ਬਹੁਤ ਦੁਖੀ ਹਾਂ, ਮੈਨੂੰ ਕੁੱਟ ਮਾਰ ਕਰਦੀ ਆ ਨੌ ਤੇ ਪੋਤੀ ਤੇ ਮੇਰਾ ਪੁੱਤ, ਉਹ ਮੈਥੋਂ ਕੁੱਟ ਮਾਰ ਕੇ ਜਾਇਦਾਦ ਮੰਗਦੇ ਆ। ਬੀਬਾ ਜੀ ਤੁਸੀਂ ਰੋਕ ਲਓ ਇਹਨਾਂ ਨੂੰ, ਆਉਣ ਵਾਲੇ ਸਮੇਂ 'ਚ ਆਪਾਂ ਨੂੰ ਕਿਸੇ ਨਾਲ ਵੋਟ ਨਹੀਂ ਦੇਣੀ, ਸਪੋਰਟ ਤਾਂ ਆਪਣੀ ਕਰਨੀ ਕੀ ਸੀ? ਜੇ ਮੇਰੇ ਵਰਗੀਆਂ ਬੁੱਢੀਆਂ ਔਰਤਾਂ ਨਾਲ ਇਸ ਤਰ੍ਹਾਂ ਹੋ ਗਈ, ਕਿਸੇ ਨੇ ਵੋਟ ਨਹੀਂ ਪਾਉਣੀ ਤੁਹਾਨੂੰ, ਇਦੋਂ ਤਾਂ ਫਿਰ ਉਹਨਾਂ ਨੂੰ ਦੂਜੀਆਂ ਸਰਕਾਰਾਂ ਹੀ ਚੰਗੀਆਂ ਸੀ, ਉਦੋਂ ਮਾਵਾਂ ਨਾਲ ਤਾਂ ਘੱਟ ਇਹ ਧੱਕਾ ਹੁੰਦਾ ਸੀ। ਉਹ ਜਿੱਦੇ ਦਾ ਇਹ ਤੁਹਾਡਾ ਬਣ ਗਿਆ ਨਾ ਪ੍ਰੋਗਰਾਮ, ਉਹ ਤੁਹਾਡੀ ਸਰਕਾਰ ਦਾ ਨਾਂ ਨਿਕਲਦਾ, ਉਹ ਉਦੇ ਦਾ ਗੁੰਡਾਗਰਦੀ ਫਿਰ ਤਿਆਰ ਹੋ ਗਈ। ਉਹ ਗੁੰਡਾਗਰਦੀ ਤਾਂ ਆਪਾਂ ਪਹਿਲਾਂ ਹੀ ਬੰਦ ਕਰਨੀ ਸੀ, ਬਾਅਦ ਦੇ ਸਮੇਂ 'ਚ ਉਹਦਾ ਗੁੰਡਾਗਰਦੀ ਹੁੰਦੀ ਆ, ਕਾਂਗਰਸ ਦੇ ਸਮੇਂ 'ਚ ਉਹਦੇ ਗੁੰਡਾਗਰਦੀ ਹੁੰਦੀ ਆ, ਉਹ ਹੁਣ ਘੱਟ ਗੁੰਡਾਗਰਦੀ ਹੁੰਦੀ ਆ। ਉਹ ਜਿਹੜੇ ਆਪਣੇ ਪਾਰਟੀ ਪ੍ਰਧਾਨ ਬਣਾਏ ਆ, ਉਹ ਘਰੇ ਆ ਕੇ ਮੇਰਾ ਛਿੱਤਰ ਮਾਰ ਕੇ ਜਾਂਦੇ ਆ, ਮੇਰਾ ਦੁੱਖ ਵੀ ਸੁਣ ਲਓ। ਉਹ ਤੁਹਾਡੇ ਤੱਕ ਆਵਾਜ਼ ਆਉਣੀ ਚਾਹੀਦੀ ਆ ਬਲਜੀਤ ਕੌਰ ਜੀ, ਇਹਨਾਂ ਦਾ ਕੁਛ ਨਹੀਂ ਜਾਣਾ, ਉਹ ਨਾ ਤੁਹਾਡਾ ਬਦਨਾਮ ਹੋਊਗਾ। ਉਹ ਅੱਗੇ ਕੈਪਟਨ ਨੂੰ ਲੋਕ ਬਦਨਾਮ ਕਰੀ ਜਾਂਦੇ ਆ, ਉਹ ਚੰਨੀ ਨੂੰ ਬਦਨਾਮ ਕੀਤਾ, ਉਹ ਇਹਨਾਂ ਨੇ ਬਾਦਲ ਨੂੰ ਬਦਨਾਮ ਕੀਤਾ, ਤਾਂ ਤੁਹਾਨੂੰ ਇੰਨਾ ਵੀ ਪਤਾ ਹੋਣਾ ਚਾਹੀਦਾ ਵੀ ਭਗਵੰਤ ਮਾਨ ਵੀ ਬਦਨਾਮ ਹੋ ਜੀ। ਹੈਲੋ ਕਾਕਾ ਜੀ, ਮੈਂ ਤੜਕੇ ਫੋਨ ਕੀਤਾ ਸੀ, ਮੈਂ ਕਿਹਾ ਸੀ ਮੈਡਮ ਨਾਲ ਗੱਲ ਕਰਾ ਦਿਓ, ਤੁਸੀਂ ਮੇਰੀ ਗੱਲ ਨਹੀਂ ਸੁਣੀ। ਮੈਡਮ ਚੀਫ ਗੈਸਟ ਹੈ ਜੀ ਜਲੰਧਰ। ਹਾਂ ਜੀ ਮੈਡਮ ਚੀਫ ਗੈਸਟ ਹੈ ਜੀ ਜਲੰਧਰ। ਜਲੰਧਰ ਆ? ਹਾਂ ਜੀ ਹਾਂ ਜੀ। ਅੱਛਾ ਤੇ ਤੁਸੀਂ ਪ੍ਰੋਗਰਾਮ ਚ ਆ ਜੀ? ਅੱਛਾ ਤੇ ਤੁਸੀਂ ਕਿੱਥੇ ਆ ਜੀ? ਜਲੰਧਰ ਜੀ, ਮੈਡਮ ਸਟੇਜ ਤੇ ਆ ਜੀ ਭੈਣ ਜੀ। ਠੀਕ ਆ ਜੀ ਠੀਕ ਆ।